ਇੱਦਾਂ ਲੱਗਦਾ ਨਹੀਂ ਕਿ ਲੋਕ ਕਈ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਇਹ ਕਹਿੰਦੇ ਜੋ ਵੀ ਕੀਤਾ ਜਾਣ ਕੇ ਕੀਤਾ ਹੋਏਗਾ, ਫੇਮਲੀ ਕੀਤਾ ਹੋਏਗਾ, ਕਿਉਂਕਿ ਅਸੀਂ ਤਾਂ ਚਲੋ ਨਿਊਜ਼ ਦੇ ਤੌਰ 'ਤੇ ਅਗਰ ਦੇਖਿਆ ਜਾਵੇ ਕਮੈਂਟ 'ਚ ਦੇਖਦੇ ਹਾਂ, ਬਟ ਮੈਂ ਤੁਹਾਨੂੰ ਪਰਸਨਲੀ ਵੀ ਪਹਿਲਾਂ ਆ ਕੇ ਕਿਹਾ ਕਿ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਪਣੇ ਆਪ ਲਈ ਇੱਕ ਸਵਾਲ ਆਪਣੇ ਆਪ 'ਤੇ ਵੀ ਚੱਕਿਆ ਕਿ ਮੈਂ ਆਪਣੇ 'ਤੇ ਇਨਸਲਟ ਕਿਉਂ ਮੈਂ ਆਪਣੀ ਹੋਰ ਦਊਂ। ਪਤਾ ਕੀ ਹੈ, ਦੇਖੋ ਹੁਣ ਸਮਾਜ ਬੜਾ ਕੁਛ ਬੋਲਦਾ, ਆਪਾਂ ਉਹਨਾਂ ਵਾਸਤੇ ਹੀ ਕਰਾਂਗੇ, ਉਹਨਾਂ ਵਾਸਤੇ ਭਲਾ ਵੀ ਕਰਾਂਗੇ, ਫਿਰ ਵੀ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਪਤਾ ਨਹੀਂ ਉਹਨੂੰ ਕੀ ਫਾਇਦਾ ਵਾ ਉਹਦੇ ਵਿੱਚੋਂ ਜੇ ਮੇਰਾ ਭਲਾ ਕਰਦੀ ਪਈ ਆ, ਕਿਉਂਕਿ ਅੱਜ ਕੱਲ੍ਹ ਲੋਕਾਂ ਦੀ ਥਿੰਕ ਕਿਵੇਂ ਦੀ ਬਣ ਚੁੱਕੀ ਆ। ਹੁਣ ਮੈਂ ਤੁਹਾਨੂੰ ਵੀ ਜ਼ਿਆਦਾ ਪਿਆਰ ਕਰੂੰਗੀ ਨਾ, ਅਤੇ ਤੁਹਾਨੂੰ ਵੀ ਲੱਗੂਗਾ ਪਤਾ ਨਹੀਂ ਇਹਨੂੰ ਮੇਰੇ ਤੋਂ ਕੀ ਮਤਲਬ। ਇਹ ਥਿੰਕ ਅੱਜ ਕੱਲ੍ਹ ਬਣ ਚੁੱਕੀ ਆ, ਪਹਿਲਾਂ ਵਾਲੀ ਥਿੰਕ ਨਹੀਂ ਰਹੀ, ਅਤੇ ਉਹੀ ਆਪਾਂ ਚੇਂਜ ਕਰਨਾ ਵਾ ਕਿ ਚਲੋ ਤੁਸੀਂ ਕਿਸੇ ਲਈ ਚੰਗਾ ਨਹੀਂ ਬੋਲ ਸਕਦੇ ਅਤੇ ਮਾੜਾ ਵੀ ਨਾ ਬੋਲੋ, ਹੈ ਨਾ। ਬਾਕੀ ਗੱਲ ਇਹ ਹੁੰਦੀ ਹੈ ਕਿ ਹਾਥੀ ਤਾਂ ਆਪਣੀ ਜਿਹੜੀ ਆ ਚਾਲ ਚੁੱਪ ਕਰਕੇ ਚੱਲਦਾ ਰਹਿੰਦਾ ਵਾ, ਅਤੇ ਕੁੱਤੇ ਭੌਂਕਦੇ ਰਹਿੰਦੇ, ਉਹਨਾਂ ਨਾਲ ਮੈਨੂੰ ਫਰਕ ਨਹੀਂ ਪੈਂਦਾ। ਇਹ ਹਾਥੀ ਕਿਹੜੀ ਚਾਲ ਤੱਕ ਚੱਲਣਾ ਚਾਹੁੰਦਾ, ਜਾਂ ਅੱਗੇ ਤੁਸੀਂ ਸੋਚਦੇ ਹੋ ਕਿ ਹੁਣ ਜੇ ਇਹ ਪ੍ਰੋਫੈਸ਼ਨ ਦੇ ਵਿੱਚ ਕਦੀ ਲੱਗਦਾ ਕਿ ਜੇ ਮੈਂ ਇੱਥੇ ਨਾ ਆਉਂਦੀ ਸ਼ਾਇਦ ਮੇਰੇ ਨਾਲ ਇਹ ਨਾ ਹੁੰਦਾ, ਪਰ ਤੁਹਾਨੂੰ ਸ਼ੌਂਕ ਸੀ ਸ਼ੁਰੂ ਤੋਂ? ਨਹੀਂ, ਹੋ ਸਕਦਾ ਮੈਂ ਕਿਸੇ ਹੋਰ ਫੀਲਡ ਦੇ ਵਿੱਚ ਵੀ ਹੁੰਦੀ, ਹੋ ਸਕਦਾ ਮੈਂ ਕਰੂਜ਼ ਹੁੰਦੀ, ਡਾਕਟਰ ਹੁੰਦੀ, ਫਿਰ ਵੀ ਕੋਈ ਮੇਰੇ ਨਾਲ ਇੱਦਾਂ ਬਦਤਮੀਜ਼ੀ ਕਰਦਾ ਤਾਂ ਮੈਂ ਫਿਰ ਵੀ ਇਹ ਚੀਜ਼ ਕਰਨੀ ਸੀ।